लाइव दिखाई मैं बहुत जरूरी गल्लां कर रही ने इस करके रात को थोड़े नाल गलबात सांझी करन बैठे हैं कि एक तो हुणे हुणे सानू जिहड़ा पता लग्या कि जिला श्री मुक्तसर साहब के विच नारायणगढ़ जिहड़ा पंप है नारायणगढ़ के सामने जिहड़ा बिल्कुल रिलायंस का पंप है उत्थे यूपी के विचों आए हुए कोई ट्रक जिहड़े ट्राले ने वड्डे घोड़े ने ते कुछ जिहड़े ट्रैक्टर ने उन्हां दे उत्ते जिहड़ा यूपी के विचों चौल आ रहे ने बिकण दे लई पंजाब दे विच ते उत्थों ही साडी बंदिआं नाल गल होई दस्सिआ कि सानूं इह वी दस्सिआ उन्हां ने ट्रकां वालिआं ने जिन्हां नूं फड़िआ कि 400 ट्रक जिहड़ा होर भरिआ खड़ा यूपी का तां उह पंजाब दे विच झोना विकण लई आ रिहा आपां रात वी गल कीती सीगी सो हुण फिर इह गल आपां करदे आं कि यार सानूं सुचेत होण दी लोड़ आ मैं अपील करदा श्री मुक्तसर जिले के जिन्हें भी आले दुआले उहदे पिंड ने मलोट के आले दुआले पिंड ने जिन्ने तो सारयां नूं बेनती करदा कि भरावो तड़के वड्डी गिणती दे विच उत्थे कट करो उन्हां दा घराओ करो इन्हां नूं घेरो इन्हां दे जो भी कारवाई बनती आ उह कराओ क्योंकि उत्थे हुण सानूं दस्सिआ जथेबंदियां वालिआं ने कहिंदे बई इत्थे सानूं इह वी हालात पैदा हो रहे ने कि पुलिस इह वी दस रही है कि कुछ सियासी बंदे ने जिहड़े सियासी बंदे ने सत्ता वाले ने जिहड़े कुछ उह वी उन्हां दे दबाव पा रहे ने पुलिस ते कि तुसीं जिहड़े ट्रैक्टरां दे कारवाई करदे हो जिहड़े घोड़े आ ट्राले आ उह छड्ड दिओ सो हुण इन्हां नूं वी आपां नूं सामणे लिआउणा पैणा खिच के जिहड़े वी बंदे अज पंजाब दे विचों सियासी बंदे कोई वी हुण किसे वी पार्टी दे होण तां उह सारयां नूं आपां सामणे लिआउणा पैणा कि किहड़े बंदे ने उह नंगे करने पैणे आ जिहड़े अज इन्हां दे हक दे विच ਇਹ ਕਹਿ ਰਹੇ ਨੇ ਕਿ ਤੁਸੀਂ ਟਰਾਲੀਆਂ ਦੇ ਟਰੈਕਟਰਾਂ ਦੇ ਪਰਚਾ ਕਰ ਦਿਓ ਦੂਜਿਆਂ ਨੂੰ ਛੱਡ ਦਿਓ ਸੋ ਭਰਾਵੋ ਚਕੰਨੇ ਹੋ ਜਾਓ ਥੋੜ੍ਹਾ ਤਿਆਰ ਰਹੋ ਇਹਨਾਂ ਕੰਮਾਂ ਦੇ ਲਈ ਹੁਣ ਰਾਤ ਨੂੰ ਵੀ ਉਸ ਰਾਤ ਬਰਾਤੇ ਵੀ ਇਹ ਹਨੇਰੇ ਦਾ ਫਾਇਦਾ ਉਠਾ ਕੇ ਸਾਡੀਆਂ ਮੰਡੀਆਂ ਦੇ ਵਿੱਚ ਕੋਈ ਯੂਪੀ ਦੇ ਵਿੱਚੋਂ ਜਾਂ ਕਿਤੇ ਹੋਰ ਸੂਬੇ ਦੇ ਵਿੱਚੋਂ ਲਿਆ ਕੇ ਇਹ ਝੋਨੇ ਵੇਚਣਗੇ ਤਾਂ ਕੱਲ੍ਹ ਨੂੰ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਨਾਰਾਇਣਗੜ੍ਹ ਦੇ ਸਾਹਮਣੇ ਜਿਹੜਾ ਬਿਲਕੁਲ ਰਿਲਾਇੰਸ ਦਾ ਪੰਪ ਹੈ ਬੰਦ ਕੀਤਾ ਹੋਇਆ ਜਥੇਬੰਦੀਆਂ ਵਾਲੇ ਉੱਥੇ ਬੈਠੇ ਨੇ ਨੌਜਵਾਨ ਮੁੰਡੇ ਵੀ ਉੱਥੇ ਬੈਠੇ ਨੇ ਦੂਜਾ ਹੈਗਾ ਗਾ ਜਿਹੜੀ KRBL ਧੂਰੀ ਜਿਹੜੀ ਉਹ ਲਾਈ ਹੋਈ ਆ ਫੈਕਟਰੀ ਪਿਛਲੇ ਕਈ ਸਾਲਾਂ ਤੋਂ ਫੈਕਟਰੀ ਦਾ ਰੌਲਾ ਵੀ ਪੈਂਦਾ ਆ ਰਿਹਾ ਕਿ ਉਹ ਫੈਕਟਰੀ ਸਾਰਾ ਜਿਹੜਾ ਗੰਦਾ ਪਾਣੀ ਹੈ ਜ਼ਹਿਰੀਲਾ ਪਾਣੀ ਹੈ ਆਪਣਾ ਉਹ ਧਰਤੀ ਹੇਠਾਂ ਪਾਈ ਜਾਂਦੇ ਅਸੀਂ ਵੀ ਜਾ ਕੇ ਆਏ ਸੀ ਨੇੜੇ ਤੇੜੇ ਉੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਵੀ ਆਏ ਸੀਗੇ ਪਿਛਲੇ ਸਾਲ ਉਹਨਾਂ ਨੇ ਵੀ ਉਹਦਾ ਚੈੱਕ ਕੀਤਾ ਸੀਗਾ ਆ ਕੇ ਪਾਣੀ ਨੂੰ ਤਾਂ ਸਾਰੇ ਆਲੇ ਦੁਆਲੇ ਕਈ ਪਿੰਡਾਂ ਦੇ ਵਿੱਚ ਜਿਹੜਾ ਬੋਰਾਂ ਦਾ ਪਾਣੀ ਹੈ ਹੇਠੋਂ ਉਹ ਨਿਰਾ ਪੂਰਾ ਜ਼ਹਿਰੀਲਾ ਨਿਕਲ ਰਿਹਾ ਐਂ ਕਾਲਾ ਪਾਣੀ ਨਿਕਲ ਰਿਹਾ ਡਾਂਜਰ ਗਾ ਕਾਲਾ ਨਿਕਲਦਾ ਪਾਣੀ ਤਾਂ ਉਹ KRBL ਵਾਲਿਆਂ ਨੇ ਵੀ ਇਹ ਕੰਮ ਸ਼ੁਰੂ ਕਰਤਾ ਮੇਰਾ ਇਕਬਾਲ ਆ ਬਾਦਸ਼ਾਹਪੁਰ ਪਿੰਡਾਂ ਦਾ ਧੂਰੀ ਦੇ ਕੋਲ ਇਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਉਹਨਾਂ ਨੇ ਸਿੱਧੀ ਪਹੁੰਚ ਕਰਨੀ ਸ਼ੁਰੂ ਕਰਤੀ ਕਿਸਾਨਾਂ ਤੱਕ ਕਿ ਤੁਸੀਂ ਜਿਹੜਾ ਝੋਨਾ ਸਾਨੂੰ ਦੇ ਦਿਓ ਸਾਡੀ ਜਿਹੜੀ ਆ ਫੈਕਟਰੀ ਆ ਸਿੱਧੀ ਟਰਾਲੀ ਇੱਥੇ ਲਿਆਓ ਜੇ ਤੁਸੀਂ ਜਿਹੜਾ ਸਾਡੇ ਕੋਲੋਂ ਆਪਣੇ 100 ਰੁਪਇਆ 200 ਰੁਪਇਆ ਵੱਧ ਕਮਾਂਟਲ ਮਗਰ ਲੈ ਲਿਓ ਤਾਂ ਵਾਰ ਵਾਰ ਤੁਹਾਨੂੰ ਬੇਨਤੀਆਂ ਕਰਦੇ ਹਾਂ ਕਿ ਤੁਹਾਨੂੰ ਐਂ ਭਰਾਵੋ ਲਿਜਾਇਆ ਜਾਊਗਾ ਵੱਧ ਥੋੜ੍ਹੇ ਮੋਟੇ ਕੋਈ ਲਾਲਚ ਦੇ ਕੇ ਸਾਨੂੰ ਇਹ ਗੁੰਮਰਾਹ ਕੀਤਾ ਜਾਊਗਾ ਪਰ ਇਹ ਹੋਣਾ ਇੱਕ ਦੋ ਵਾਰੀ ਹੈ ਮੁੜ ਕੇ ਨਹੀਂ ਫਿਰ ਇਹਨਾਂ ਨੇ ਸਾਨੂੰ ਇਹ ਵੱਧ ਕੋਈ ਰੁਪਈਏ ਸਾਡੀ ਫਸਲ ਦੇ ਦੇਣੇ ਅਤੇ ਬਾਕੀ ਮੈਂ ਜਿਹੜੀ ਗੱਲ ਹੋ ਰਹੀ ਵਾਰ ਵਾਰ ਇਹ ਕਹਿਣਾ ਕਿ ਜੇ ਬਾਹਰਲਾ ਸੂਬਿਆਂ ਦਾ ਝੋਨਾ ਸਾਡੇ ਇੱਥੇ ਆ ਕੇ ਵਿਕਦਾ ਤਾਂ ਫਿਰ ਸਾਡਾ ਕਿਹਨੇ ਲੈਣਾ ਉਹ ਦੱਸਿਆ ਉਹਨਾਂ ਨੇ ਜਦੋਂ ਫੜਿਆ ਟਰੱਕਾਂ ਵਾਲਿਆਂ ਨੇ ਕਹਿੰਦੇ ਉੱਥੇ 800 ਜਾਂ 900 ਰੁਪਏ ਦਾ ਰੇਟ ਹੈ 900 ਦੱਸਿਆ ਜੀ ਹੈ ਨਾ 900 ਦਾ ਰੇਟ ਹੈ ਅਤੇ ਇੱਥੇ ਉਹ ਆ ਕੇ ਮਹਿੰਗੇ ਰੇਟ ਦੇ ਉੱਤੇ ਵੇਚੀ ਜਾਂਦੇ ਨੇ ਆਹ ਜਿਹੜਾ ਖੁੱਲ੍ਹੀ ਮੰਡੀ ਵਾਲਾ ਕਹਿੰਦੇ ਨਾ ਮੋਦੀ ਖੁੱਲ੍ਹੀ ਮੰਡੀ ਵਾਲਾ ਆਹ ਮਿਲਣ ਲੱਗ ਗਿਆ ਰਿਜ਼ਲਟ ਸਾਨੂੰ ਹੁਣ ਹੀ ਪਤਾ ਲੱਗ ਗਿਆ ਕਿ ਯੂਪੀ ਦਾ ਜਾਂ ਹੋਰ ਕਿਤੇ ਸੂਬਿਆਂ ਦਾ ਜਿਹੜਾ ਝੋਨਾ ਇੱਥੇ ਆ ਕੇ ਸਾਡੇ ਵਿਕੀ ਜਾਂਦਾ ਸੋ ਭਰਾਵੋ ਸੁਚੇਤ ਰਹੋ ਜਾਗਦੇ ਰਹੋ ਰਾਤ ਨੂੰ ਪਹਿਰੇ ਵੀ ਦਿਓ ਮੰਡੀਆਂ 'ਚ ਬੈਠੇ ਹੋਏ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਦੋਂ ਹੀ ਕੋਈ ਸਾਨੂੰ ਸ਼ੱਕ ਪੈਂਦੀ ਹੈ ਕਿ ਬਾਹਰਲੇ ਸੂਬੇ ਦਾ ਕੋਈ ਝੋਨਾ ਹੈ ਬਾਹਰਲੇ ਸੂਬੇ ਦੀ ਕੋਈ ਗੱਡੀ ਹੈ ਤਾਂ ਨਾਲ ਦੀ ਨਾਲ ਤੁਸੀਂ ਜਿਹੜੀ ਤਲਾਹ ਦਿਓ ਜਥੇਬੰਦੀਆਂ ਵਾਲਿਆਂ ਨੂੰ ਤਾਂ ਕਿ ਉਹ ਇਹਦੇ ਜਿਹੜੀ ਕਾਰਵਾਈ ਮੌਕੇ 'ਤੇ ਹੋ ਕੇ ਇਕੱਠੇ ਹੋ ਕੇ ਮੌਕੇ 'ਤੇ ਪ੍ਰਸ਼ਾਸਨ ਬੁਲਾ ਕੇ ਕਾਰਵਾਈ ਕਰੋ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤਾਂ ਇਹਨੂੰ ਵਾਰਨਿੰਗ ਦਿਓ ਵਿੱਚੇ ਪ੍ਰਸ਼ਾਸਨ ਨੂੰ ਵਿੱਚੇ ਜਿਹੜਾ ਲੀਡਰ ਇਹਨਾਂ ਦੇ ਵਿੱਚੇ ਜਿਹੜੀ ਸਰਕਾਰ ਹੈਗੀ ਹੈ ਕਿ ਇਹ ਬਾਹਰਲਾ ਝੋਨਾ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੇ ਵਿੱਚ ਨਹੀਂ ਵਿਕਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ